ਕੰਮ ਹੋ ਗਿਆ ਮੁਕੰਮਲ, ਇੱਕ ਬਣਾਇਆ ਸੀ ਦੂਜਾ ਨੇ ਬਣਾਇਆ ਬਈ ਅਮਰ ਦੇ ਇੰਟਰਵਿਊ ਲਿਆ ਸੀ ਉਹਦੇ ਬਾਰੇ, ਅਤੇ ਕੰਮ ਕਰਕੇ ਬੋਰ ਹੋ ਗਏ ਹਾਂ ਅਤੇ ਹੁਣ ਸੋਚ ਰਿਹਾ ਹਾਂ ਕਿ ਯਾਰ ਨਾ ਮੈਚ ਹੋ ਰਿਹਾ ਫੁੱਟਬਾਲ ਦਾ ਸਾਡੇ ਨਾਲ ਹੀ ਪਿੰਡ ਨਾ, ਉਸਤਾਦ ਦੀ ਕਾਲ ਆਈ ਆ ਕਿ ਅੱਜ ਟੂਰਨਾਮੈਂਟ 'ਤੇ ਜਾਣਾ ਹੈਗਾ, ਚਲੋ ਅੱਜ ਟੂਰਨਾਮੈਂਟ 'ਤੇ ਦੂਜਾ ਬਲਾਗ ਬਣਾਉਂਦੇ ਹਾਂ, ਤੁਹਾਨੂੰ ਥੋੜ੍ਹਾ ਜਿਹਾ ਸੈਰ ਸਪਾਟਾ ਕਰਾਉਂਦੇ ਹਾਂ ਕਿ ਓ ਲੈਟਸ ਗੋ। ਭਾਈ ਅਸੀਂ ਹੁਣ ਗਰਾਊਂਡ 'ਚ ਪਹੁੰਚ ਆਇਆ ਹੈਗਾ, ਮੈਚ ਬੜਾ ਜ਼ਬਰਦਸਤ ਹੈਗਾ ਅਤੇ ਖਿਲਾੜੀ ਪਿੱਛੇ ਵਾਰਮ ਅਪ ਹੋ ਰਹੇ ਹਨਗੇ ਜੀ। ਬਈ ਦੂਜਾ ਨਾ ਮੈਚ ਬਿਲਕੁਲ ਸਟਾਰਟ ਹੋਣ ਵਾਲਾ ਹੈ, ਇੱਕ ਟੀਮ ਆ ਜਿਹੜੀ ਹੈਗੀ ਹੈ ਝੱਦੜਾਂ ਦੀ ਹੈ ਸਾਡੇ ਨਾਲ ਵਾਲੇ ਪਿੰਡ ਦੀ, ਅਤੇ ਦੂਜੀ ਹੈ ਜੱਸੂ ਵਾਲਿਆਂ ਦੀ ਅਤੇ ਜੱਸੂਆ ਮਿਆਣੀ। ਇਹਦੇ 'ਚ ਤਿੰਨ ਓਪਨ ਆਣਗੇ ਪਾਕਿਸਤਾਨ ਦੇ, ਬਈ ਇੰਟਰਨੈਸ਼ਨਲ ਆਣਗੇ ਵਾਪੜਾ ਦੇ, ਕੋਈ ਏਅਰਫੋਰਸ ਦਾ ਹੈਗਾ, ਅਤੇ ਇਹਦੇ ਵੀ ਦੋ ਤਿੰਨ ਓਪਨ ਆਣਗੇ, ਅਤੇ ਇਸ ਬੰਦੇ ਨੂੰ ਤੁਸੀਂ ਜਾਣਦੇ ਹੀ ਹੋ ਸੋ, ਇਹ ਪਾਕਿਸਤਾਨ ਦਾ ਟੌਪ ਨੈਟਮੈਨ ਸ਼ੂਟਿੰਗ ਵਾਲੀਬਾਲ ਦਾ ਹੈਗਾ ਜ਼ਾਤ ਚੱਦੜ ਅਨ ਕੈਮਰੇ ਦੇ ਵਿੱਚ। ਹੈਲੋ ਹਾਏ ਤੱਕ ਬੋਲ ਤੁਸੀਂ ਕਰਾ, ਠੀਕ ਹੈ ਠੀਕ ਹੈ, ਇਹ ਆਖ ਤਾਂ ਸਹੀ ਹੈ ਆਪਣੀ, ਇੱਕ ਮਿੰਟ ਗੱਲ ਤਾਂ ਸੁਣ ਜਾ, ਇਹ ਇਸ ਮੈਚ ਦੇ ਬਾਰੇ ਕੋ ਥੋੜਾ ਬਾਲਾ ਦੱਸੋ ਆ ਨਜ਼ਾਰ ਦੇ। ਪਹਿਲਾ ਆਫ ਹੋ ਗਿਆ ਹੈਗਾ ਦੋਵਾਂ ਟੀਮਾਂ ਦੇ, ਮੈਂ ਕੋਈ ਗੋਲ ਨਹੀਂ ਹੋਇਆ ਹੈਗਾ, 0-0 ਦਾ ਮੁਕਾਬਲਾ ਹੈਗਾ, ਅਤੇ ਪਹਿਲਾ ਆਫ 35 ਮਿੰਟਾਂ ਦਾ ਹੈਗਾ, ਇਸ ਤੋਂ ਬਾਅਦ ਦੂਜਾ ਹਾਫ ਸ਼ੁਰੂ ਹੋਣ ਲੱਗਾ ਹੈਗਾ, ਅਤੇ ਦੇਖੋ ਹੁਣ ਕਿਹੜਾ ਗੋਲ ਕਰਦਾ ਕਿਹੜਾ ਨਹੀਂ ਕਰਦਾ ਹੈਗਾ, ਮੇਰੇ ਖਿਆਲ ਨਾਲ ਬਰਾਬਰ ਹੀ ਹੋਏਗਾ, ਪਲੰਟੀਆਂ 'ਤੇ ਗੱਲ ਮੁੱਕੇਗੀ। ਜੋ ਆਖਣਾ ਵਲੌਗ ਨੂੰ ਯਾਰ ਥੋੜਾ ਜਿਹਾ ਫਨੀ ਬਣਾਉਣ ਵਾਸਤੇ ਨਾ ਜ਼ਾਦ ਨੂੰ ਅਸਾਂ ਛੇੜਿਆ ਹੈਗਾ ਕਿ ਤੂੰ ਇੰਝ ਜਾ ਕੇ ਸਾਜਨ ਨੂੰ ਅਸਾਂ ਸੱਦਿਆ ਮੈਚ ਫੁੱਟਬਾਲ ਦਾ ਆਉਂਦਾ ਪਿਆ ਅਤੇ ਇਨਵਾਈਟ ਕੀਤਾ ਹੈ, ਅਤੇ ਜ਼ਾਦ ਦੀ ਉਹਨਾਂ ਗੱਲਾਂ ਸੁਣੋ ਕੀ ਆਉਂਦਾ ਹੈਗਾ। ਸਾਰੇ ਬੰਦੇ ਜਾਣਦੇ ਆ ਕਬੱਡੀ ਦੇ ਮੈਚ ਵੀ ਤੇਰੇ ਨਾਲ ਹੋਇਆ ਹੈਗਾ। ਹਾਂ ਬਿੱਲੀ ਨਾਲ, ਉਹ ਬਿੱਲੀ ਨਾਲ ਹੋਇਆ ਮੈਚ, ਬਿੱਲੀ ਨਾਲ ਸੀ ਆ ਚਾਪਾ। ਨਹੀਂ ਨਹੀਂ ਯਾਰ ਸਾਹ ਛੱਡਣਾ ਨਹੀਂ, ਅਸੀਂ ਸੰਭ ਗਏ ਯਾਰ, ਤੇ ਮੋੜ ਕਿਹੜਾ ਬੰਦਾ ਮਾਰ ਗਿਆ, ਹੱਸ ਪਵੀ ਤੂੰ ਹੱਸਦਾ ਹੱਸਦਾ ਦੇ ਜਦੋਂ ਮੈਂ ਸੱਦਿਆ। ਚਲ ਬੋਲ ਚਲ ਕਰੋ ਸੱਦਿਆ ਨਾ ਛੱਡੇ ਵੇ, ਮੈਚ ਵੇਖ ਫੁੱਟਬਾਲ ਦਾ ਮੇਰੇ ਪਿੰਡ ਹੋ ਰਿਹਾ ਨਾ, ਰੋਟੀ ਖਾ ਦਾ ਆਇਓ ਨੇ ਦੋ। ਹਾਂ ਇਹ ਤਾਂ ਮਲਾਹ ਨੂੰ ਜ਼ਖਮੀ ਕਰਾਣ ਤੇ ਹੁੰਦੇ ਆ, ਚਲ ਜ਼ਾ ਇਹ ਤਾਂ ਸੱਟਾ ਹੀ ਮਾਰਿਆ ਤੇ ਮਾਰਿਆ ਸੱਦਿਆ ਵੀ ਮੈਂ ਜਿਵੇਂ ਜੇ ਬੋਲੀ ਜਾਵਾਂ ਨਾ ਤੁਸੀਂ ਬੋਲ ਜਾਓ, ਬੋਲੀ ਜਾ ਆਇਆ ਇੰਦਰ ਨੇ ਦੇ ਰੱਖ ਕੋ ਸਾਜਦ ਨੂੰ ਮੈਂ ਸੱਦਿਆ। ਅੱਛਾ ਮਹਿਮਾਨੇ ਖੁਸੂਸੀ ਦੀ ਤਾਰੀਫ ਕਰਵਾਈ ਨਹੀਂ ਹੈ, ਚਲੋ ਆ ਹੁਣ ਤੁਹਾਨੂੰ ਮਹਿਮਾਨੇ ਖੁਸੂਸੀਆਂ ਦੀ ਤਾਰੀਫ ਕਰਵਾਉਂਦੇ ਹਾਂ। ਪਹਿਲਾ ਹਾਫ ਖਤਮ ਹੋ ਗਿਆ, ਦੂਜਾ ਸੈਕੰਡ ਹਾਫ ਸ਼ੁਰੂ ਹੋਣ ਵਾਲਾ ਹੈਗਾ। ਕਿੰਨਾ ਕੁ ਲੱਗਦਾ ਪਿਆ, ਦੋਨੇ ਟੀਮਾਂ ਜਿਹੜੀਆਂ ਨੇ ਉਹ ਬਰਾਬਰ ਰਹੀਆਂ ਨੇ, ਗੋਲ ਕਿਸੇ ਦਾ ਵੀ ਨਹੀਂ ਹੋਇਆ ਹੈਗਾ। ਮੈਚ ਜਿਹੜਾ ਉਹ ਖਤਮ ਹੋ ਗਿਆ ਹੈਗਾ ਅਤੇ
ਚੱਦੜਾਂ ਨੇ ਚੱਦੜਾਂ ਨੇ ਆਪਣੀ ਮਹਿਮਾਨ ਟੀਮ ਨੂੰ ਦੂਜਾ ਅਵਲ ਇਨਾਮ ਦੇ ਦਿੱਤਾ ਹੈਗਾ। ਕਹਾਂ ਜਾ ਰਹੇ ਹੋ, ਪਿਕਚਰ ਅਭੀ ਬਾਕੀ ਹੈ ਮੇਰੇ ਦੋਸਤ।